ਵਾਹ ਭਾਬੀ ਜੀ ਤੁਹਾਡਾ ਸੂਟ ਕਿੰਨਾ ਸੋਹਣਾ, ਇਵਨ ਤੁਹਾਡਾ ਵੈਰੀ ਨਾਈਸ, ਕਿੱਥੋਂ ਲਿਆ ਤੁਸੀਂ ਇਹ? ਮੈਂ ਇੰਡੀਆ ਤੋਂ ਲੈ ਕੇ ਆਉਂਦਾ ਸੀ। ਆਹ ਪੰਜਾਬ ਤੋਂ? ਹਾਏ ਪੰਜਾਬ ਮਹਿੰਗਾ ਹੀ ਕਿੰਨਾ ਹੋਇਆ ਆ। ਸੁਣੇ ਪੰਜਾਬ 'ਚ ਇਲੈਕਸ਼ਨ ਆ ਰਹੇ ਆ ਨਾ। ਓ ਅੱਛਾ, ਰੀਅਲੀ? ਤੁਹਾਨੂੰ ਪਤਾ ਨਹੀਂ ਇਲੈਕਸ਼ਨਸ ਆ ਰਹੇ ਆ? ਆਈ ਡੋਨਟ ਨੋ ਪੋਲਿਟਿਕਸ ਨਹੀਂ ਇੰਨਾ ਜ਼ਿਆਦਾ। ਬਹੁਤ ਕਿਆ ਪਿਆ ਹੋਇਆ ਹੈ ਵੋਟਾਂ ਦੀ। ਜਿਸ ਤਰ੍ਹਾਂ ਆਪਾਂ ਗੱਲ ਕਰੀਏ ਨਾ, ਕਿ ਮੈਂ ਹੁਣੇ ਦਿੱਲੀ ਜਾ ਕੇ ਆਈ ਸੀ ਲਾਸਟ, ਮੈਂ ਇੰਡੀਆ ਗਈ ਸੀ, ਅਤੇ ਉੱਥੇ ਅਰਵਿੰਦ ਕੇਜਰੀਵਾਲ ਨੇ ਇੰਨੀਆਂ ਸੁਵਿਧਾਵਾਂ ਕਰ ਦਿੱਤੀਆਂ ਉੱਥੋਂ ਦੇ ਲੋਕਾਂ ਦੇ ਵਾਸਤੇ। ਮੈਡੀਕਲ ਇੰਨਾ ਵਧੀਆ ਹੋ ਗਿਆ, ਜਿਸ ਤਰ੍ਹਾਂ ਆਪਣਾ ਇੱਥੇ NHS ਆ, ਟ੍ਰੀਟਮੈਂਟ ਫਰੀ, ਮੈਡੀਸਿਨਸ ਫਰੀ, ਉੱਥੇ ਵੀ ਅਰਵਿੰਦ ਕੇਜਰੀਵਾਲ ਨੇ ਹੋਸਪਿਟਲ ਸਾਰੇ ਫਰੀ ਕਰ ਦਿੱਤੇ, ਐਜੂਕੇਸ਼ਨ ਸਿਸਟਮ ਬਹੁਤ ਵਧੀਆ ਕਰ ਦਿੱਤਾ, ਐਂਡ ਵਾਟਰ, ਇਲੈਕਟ੍ਰੀਸਿਟੀ ਬਹੁਤ ਜ਼ਿਆਦਾ, ਕੁਛ ਬਿੱਲੀ ਜਿਸ ਤਰ੍ਹਾਂ ਬਹੁਤ ਘੱਟ ਖਰਚੇ 'ਤੇ। ਮੈਂ ਇਹ ਵੀ ਸੁਣਿਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਕੁਛ ਉਹਨਾਂ ਦੇ ਬਾਰੇ ਆਉਂਦਾ ਆ, ਵੀਡੀਓਸ ਵੀ ਆ ਉਹਨਾਂ ਦਾ, ਕੋਈ ਫੇਸਬੁੱਕ ਪੇਜ ਵੀ ਆ, ਅਤੇ ਮੈਨੂੰ ਲੱਗਦਾ BBC 'ਚ ਵੀ ਮੈਨੂੰ ਕਿਸੇ ਨੇ ਦੱਸਿਆ ਸੀਗਾ ਕਿ BBC 'ਚ ਵੀ ਉਹਨਾਂ ਦੀ ਕੋਈ ਨਿਊਜ਼ ਆਈ ਸੀਗੀ, ਦੇਰ ਵਾਸ ਐਨ ਆਰਟੀਕਲ ਉਹਨਾਂ ਦੇ ਬਾਰੇ, ਆਰਟੀਕਲ ਵੀ ਆਇਆ ਸੀਗਾ। ਸੋ ਪਰ ਮੈਂ ਸੋਚਦੀ ਹਾਂ ਕਿ ਇਲੈਕਸ਼ਨ ਹੋ ਰਹੇ ਪੰਜਾਬ 'ਚ, ਆਪਾਂ ਰਹਿੰਦੇ ਇੱਥੇ, ਸੋ ਪਰ ਇੱਥੇ ਆਪਾਂ ਇੱਥੇ ਹੋ ਕੇ ਕਿੱਦਾਂ ਆਪਾਂ ਕਰ ਸਕਦੇ ਹਾਂ? ਉਹੀ ਮੈਂ ਸੋਚਦੀ ਹਾਂ ਕਿ ਐਂਡ ਜੇ ਇੱਦਾਂ ਦਿੱਲੀ 'ਚ ਜਿੱਦਾਂ ਚੇਂਜ ਆਏ, ਜੇ ਉੱਥੇ ਪੰਜਾਬ 'ਚ ਵੀ ਆਏ ਤਾਂ ਫਿਰ ਇਟ ਇਜ਼। ਨਹੀਂ ਆਪਾਂ ਕਰ ਸਕਦੇ ਹਾਂ, ਆਪਾਂ ਇੱਥੋਂ ਬੈਠ ਕੇ ਵੀ ਅਸੀਂ ਫੇਸਬੁੱਕ ਦੇ ਜ਼ਰੀਏ ਆਪਾਂ ਜਿੱਦਾਂ ਸਪਰੈਡ ਕਰ ਸਕਦੇ ਹਾਂ ਵਰਡ ਸਾਰੇ, ਗੱਲ ਕਰ ਸਕਦੇ ਹਾਂ ਪੰਜਾਬ ਵਿੱਚ, ਆਪਾਂ ਲੋਕਾਂ ਨੂੰ ਕਾਲਿੰਗ ਕਰਕੇ ਆਪਾਂ ਦੱਸ ਸਕਦੇ ਹਾਂ ਕਿ ਇਹ ਆਮ ਆਦਮੀ ਪਾਰਟੀ ਆਈ ਹੈ ਅਤੇ ਆਪਾਂ ਇਹਨੂੰ ਵੋਟ, ਇਹਨੂੰ ਆਪਾਂ ਵੋਟ ਪਾਈਏ। ਹਾਂਜੀ, ਆਪਾਂ 5 ਜਣੇ ਹੈ, ਜੇ ਆਪਾਂ 10-12 ਬੰਦਿਆਂ ਨੂੰ ਵੀ ਫੋਨ ਕਰਦੇ ਹਾਂ, ਕਿੰਨੇ ਬੰਦਿਆਂ ਨੂੰ ਦੱਸ ਦਿੰਦੇ ਹਾਂ ਆਮ ਆਦਮੀ ਪਾਰਟੀ, ਚਾਹੇ ਲੋਕਾਂ ਦਾ ਸੋਚਣਾ ਉਸ ਹਿਸਾਬ ਨਾਲ ਹੀ ਚੇਂਜ ਹੋਵੇ। ਕਈ ਲੋਕ ਨਹੀਂ ਚਾਹੁੰਦੇ ਕਿ ਚੇਂਜ ਹੋਏ, ਰਿਸ਼ਤੇਦਾਰ ਹੈਗੇ ਆ, ਆਪਣੇ ਭੈਣ ਭਰਾ ਹੈਗੇ ਆ, ਆਪਾਂ ਜੇ ਇੱਕ ਦੂਜੇ ਨੂੰ ਦੱਸਾਂਗੇ ਅਗਲੇ ਵੀ ਗਾਂ ਦੱਸਣਗੇ, ਸੋ ਇਟਸ ਲਾਈਕ ਆਪਣੇ ਆਪਾਂ ਇੱਕ ਦੂਜੇ ਨੂੰ ਦੱਸਾਂਗੇ ਤਾਂ ਸਾਰਿਆਂ ਨੂੰ ਪਤਾ ਲੱਗੂਗਾ ਇੰਡੀਆ 'ਚ ਵੀ ਅੱਗੇ ਆਪਾਂ ਆਪ ਤਾਂ ਜਾ ਨਹੀਂ ਸਕਦੇ ਹੈਗੇ, ਹੈ ਨਾ। ਸੋ ਐਟਲੀਸਟ ਇੰਨਾ ਤਾਂ ਫਰਜ਼ ਬਣਦਾ ਆਪਣਾ ਵੀ ਆਪਾਂ ਪੰਜਾਬ ਨੂੰ ਬਚਾਈਏ। ਇਸ ਵਾਰੀ ਤਾਂ ਫਿਰ ਝਾੜੂ ਆਉਣਾ ਚਾਹੀਦਾ, ਚੰਗੀ ਤਰ੍ਹਾਂ ਝਾੜੂ ਫਿਰਨਾ ਚਾਹੀਦਾ।